ਪੁਰਾਣੇ ਜ਼ਮਾਨੇ ਦੇ ਵਿੱਚ ਚੁੱਲ੍ਹਿਆਂ ਦੀ ਵਰਤੋਂ ਹੁੰਦੀ ਸੀ, ਲੋਕ ਲੱਕੜਾਂ ਦੇ ਨਾਲ ਘਰ ਦੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾਉਂਦੇ ਸੀ, ਤੇ ਉਸ ਤੋਂ ਬਾਅਦ ਪ੍ਰਥਾ ਚੱਲੀ ਗੈਸ ਸਿਲੰਡਰਾਂ ਦੀ। ਗੈਸ ਸਿਲੰਡਰਾਂ ਤੋਂ ਬਾਅਦ ਜਿਹੜੀ ਹੈਗੀ ਨਵੀਂ ਪ੍ਰਥਾ ਜਿਹੜੀ ਹੈਗੀ ਹੈ ਚੱਲ ਗਈ ਟੋਰੈਂਟ ਗੈਸ ਦੀ। ਘਰਾਂ ਦੇ ਵਿੱਚ ਹੁਣ ਲੋਕ ਜਿਹੜੇ ਹੈਗੇ ਨੇ ਟੋਰੈਂਟ ਗੈਸ ਜਿਹੜੀ ਹੈਗੀ ਉਹਦੀ ਵਰਤੋਂ ਵਾਸਤੇ ਉਹਨੂੰ ਘਰਾਂ ਦੇ ਵਿੱਚ ਲਗਵਾਉਣ ਲੱਗ ਗਏ ਨੇ। ਪਰ ਉਹ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦੇਣਾ, ਜਿਸ ਮੁਹੱਲੇ ਦੇ ਵਿੱਚ ਇੱਕ ਬਲਾਸਟ ਹੋ ਜਾਂਦਾ ਟੋਰੈਂਟ ਗੈਸ ਦੇ ਨਾਲ, ਉਹ ਤਸਵੀਰ ਤੁਹਾਨੂੰ ਪਹਿਲੇ ਮੈਂ ਵਿਖਾ ਦੇਣਾ ਕਿ ਜੇ ਟੋਰੈਂਟ ਗੈਸ ਜਿਹੜੀ ਲਗਵਾਈ ਹੈ ਘਰ ਦੇ ਵਿੱਚ, ਉਹ ਘਰ ਦੇ ਵਿੱਚ ਬਲਾਸਟ ਹੋਇਆ ਹੈ ਤੇ ਕਾਫੀ ਨੁਕਸਾਨ ਹੋਣ ਤੋਂ ਜਿਹੜਾ ਹੈਗਾ ਬਚ ਗਿਆ, ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੈਗਾ। ਤੇ ਪਰ ਧਮਾਕਾ ਏਡਾ ਜ਼ਬਰਦਸਤ ਸੀ ਕਿ ਜਿਹੜੇ ਮੁਹੱਲੇ ਵਾਲੇ ਨੇ ਉਹ ਇਕੱਠੇ ਹੋ ਗਏ ਇੱਥੇ, ਤੇ ਤੁਹਾਨੂੰ ਮੈਂ ਦਿਖਾ ਦੇਣਾ ਕਿ ਉਹ ਮੁਹੱਲੇ ਦੇ ਵਿੱਚ ਜਿਹੜੇ ਹੈਗੇ ਲੋਕ ਇਕੱਠੇ ਹੋਏ ਪਏ ਨੇ, ਕਿਉਂਕਿ ਜਿਹੜਾ ਬਲਾਸਟ ਹੈ ਉਹ ਇੰਨੀ ਜ਼ਬਰਦਸਤ ਹੋਏ, ਲੋਕ ਇੰਨਾ ਪਰੇਸ਼ਾਨ ਹੋ ਗਏ ਨੇ ਕਿਉਂਕਿ ਟੋਰੈਂਟ ਗੈਸ ਦਾ ਜਿਹੜਾ ਹਾਨੀਕਾਰਕ ਬਹੁਤ ਜ਼ਬਰਦਸਤ ਹੈ। ਪਹਿਲੇ ਮਕਾਨ ਮਾਲਕ ਜਿੱਦਾਂ ਦੇ ਘਰੇ ਹੋਏ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ, ਸਰ ਟੋਰੈਂਟ ਗੈਸ ਲਗਵਾਈ ਹੈ ਤੇ ਬਲਾਸਟ ਹੋ ਗਿਆ, ਕੋਈ ਨੁਕਸਾਨ ਵਗੈਰਾ ਤਾਂ ਨਹੀਂ? ਨਹੀਂ, ਨੁਕਸਾਨ ਕੋਈ ਨਹੀਂ ਹੋਇਆ ਜੀ। ਕਾਰਨ ਕੀ ਰਿਹਾ ਕਿ ਇਹ ਬਲਾਸਟ ਹੋਣ ਦਾ ਤੁਹਾਡੇ? ਕਾਰਨ ਤਾਂ ਸਾਨੂੰ ਨਹੀਂ ਪਤਾ, ਮੈਂ ਤਾਂ ਸਵੇਰੇ 11 ਵਜੇ ਦਾ ਟਾਈਮ ਸੀ ਤੇ ਮੈਂ, ਮੇਰੀ ਮਿਸਿਜ ਤੇ ਮੇਰਾ ਬੇਟਾ ਅੰਦਰ ਰੂਮ ਦੇ ਵਿੱਚ ਬ੍ਰੇਕਫਾਸਟ ਕਰ ਰਹੇ ਸੀਗੇ, ਬ੍ਰੇਕਫਾਸਟ ਕਰ ਰਹੇ ਤੇ ਇੱਕਦਮ ਬਲਾਸਟ ਹੋਇਆ ਤੇ ਜਿਹੜੀ ਪਲੇਟ ਸੀਗੀ ਮੇਰੀ ਰੋਟੀ ਉਹ ਵੀ ਥੱਲੇ ਗਿਰ ਗਈ, ਤੇ ਮਿਸਿਜ ਮੇਰੀ ਬਾਹਰ ਭੱਜੀ ਭੱਜੀ ਆਈ, ਮੈਂ ਕਿਹਾ ਸਿਲੰਡਰ ਫਟ ਗਿਆ ਬਾਹਰ। ਜਦ ਬਾਹਰ ਆਏ ਤਾਂ ਉੱਪਰ ਟੋਰਨ ਗੈਸ ਵਾਲਾ ਜਿਹੜਾ ਮੀਟਰ ਲੱਗਿਆ ਹੋਇਆ ਉਹ ਚੱਕਣਾ ਚੂਰ ਹੋ ਗਿਆ ਉਹ, ਤੇ ਇੰਨੇ ਨੂੰ ਬਾਹਰ ਉਹਨਾਂ ਦੇ ਨੁਮਾਇੰਦੇ ਵੀ ਖੜੇ ਸੀਗੇ, ਮੈਂ ਕਿਹਾ ਭਾਈ ਸਾਹਿਬ ਦੇਖੋ ਕੀ ਹੋ ਗਿਆ, ਉਹ ਕਹਿੰਦੇ ਜਦੋਂ ਦੇਖਦੇ ਕਹਿੰਦੇ ਸੇਫਟੀ ਵਾਲ ਬੰਦ ਕਰਨਾ ਭੁੱਲ ਗਏ। ਤੁਹਾਨੂੰ ਦੱਸਿਆ ਸੀ ਕਿ ਸੇਫਟੀ ਵਾਲ ਲਗਾਈ ਗਈ ਹੈ? ਨਹੀਂ, ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਕਿ ਅਜੇ ਚਾਲੂ ਵੀ ਨਹੀਂ ਹੋਈ। ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਜਿਹੜਾ ਇੰਨੇ ਦੇ ਵਿੱਚ ਗੈਸ ਨਹੀਂ ਸੀਗੀ, ਅਜੇ ਪ੍ਰੈਸ਼ਰ ਹੀ ਸੀਗਾ ਇਕੱਲਾ, ਉਸ ਕਰਕੇ ਬਚਾਅ ਹੋ ਗਿਆ। ਜੇ ਗੈਸ ਹੁੰਦੀ ਤਾਂ ਘਰ ਨੂੰ ਅੱਗ ਵੀ ਲੱਗ ਸਕਦੀ ਸੀ। ਕਿੰਨਾ ਕੁ ਜ਼ਬਰਦਸਤ ਧਮਾਕਾ ਸੀ ਜਿਹੜਾ ਕਿ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਗੈਸ ਨਹੀਂ ਹੈਗੀ ਇਸ ਵਿੱਚ। ਹਾਂ, ਧਮਾਕਾ ਦਾ ਹੁਣ ਦੇਖ ਲਓ, ਤੁਹਾਨੂੰ ਪਤਾ ਹੀ ਹੈ ਜਿਵੇਂ ਸਿਲੰਡਰ ਫਟਦਾ ਹੈ, ਉਵੇਂ ਦਾ ਧਮਾਕਾ ਸੀਗਾ ਜੀ। ਚੌਥੇ ਪੰਜਵੇਂ ਘਰ ਤੱਕ ਆਵਾਜ਼ ਗਈ ਹੈ, ਭਾਈ ਸਾਹਿਬ ਆਏ ਨੇ ਪੰਜਵੇਂ ਘਰ ਤੋਂ ਉੱਠ ਕੇ, ਕਹਿੰਦੇ ਕੀ ਹੋ ਗਿਆ, ਗੁਆਂਢੀਆਂ ਦਾ ਫਰਿੱਜ ਬੰਦ ਹੋ ਗਿਆ, ਟੀਵੀ ਬੰਦ ਹੋ ਗਿਆ ਨਾਲ ਹੀ, ਇੰਨਾ ਧਮਾਕਾ ਸੀਗਾ। ਕੋਈ ਜਾਨੀ ਨੁਕਸਾਨ ਵਗੈਰਾ ਕੁਛ ਤੇ ਨਹੀਂ ਹੋਇਆ ਗਾ? ਬਸ ਧਮਾਕੇ ਨਾਲ ਤੇ ਕੰਪਨੀ ਵਾਲੇ ਪਹੁੰਚੇ ਇੱਥੇ ਮੌਕੇ ਤੇ? ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਜੇ ਕੋਈ ਬਾਹਰ ਖੜਾ ਹੁੰਦਾ ਤਾਂ ਉਹਦਾ ਸਿਰ ਸੁਰ ਪੜ ਸਕਦਾ ਸੀਗਾ। ਕੰਪਨੀ ਵਾਲੇ ਆਏ ਹੋਏ ਸੀ ਆਲਰੇਡੀ, ਪਹਿਲੇ ਹੀ ਖੜੇ ਸੀ ਬਾਹਰ ਚੈਕਿੰਗ ਤੇ, ਉਹ ਚੈਕਿੰਗ ਦੇ ਦੌਰਾਨ ਹੀ ਇਹ ਸਾਰਾ ਨੁਕਸਾਨ ਹੋ ਗਿਆ। ਗੈਸ ਦਾ ਪਤਾ ਜੀ, ਕਿਹੜੀ ਗੈਸ ਹੈ, ਕੀ ਹੈ ਇਹ ਪ੍ਰੋਸੈਸ, ਇਸ ਤਰ੍ਹਾਂ ਇਹਦਾ ਇੰਸਟਾਲੇਸ਼ਨ ਫੀਸ ਸੀਗੀ ਇਹਦੀ 7000 ਰੁਪਇਆ, ਜੇ 7000 ਇਕੱਠਾ ਨਹੀਂ ਦੇਣਾ ਤਾਂ 500 ਰੁਪਇਆ 90, ਤੇ ਪਲੱਸ ਜੋ ਤੁਹਾਡੀ ਰੀਡਿੰਗ ਆਏਗੀ 1000 ਆ 11 ਹੋਵੇ ਉਹਦਾ ਮੰਥਲੀ ਬਿੱਲ ਆਏਗਾ। ਕੋਈ ਇਸ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਕਿ ਇਸ ਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾਏਗਾ? ਨਹੀਂ, ਹਜੇ ਜਾਣਕਾਰੀ ਕੋਈ ਨਹੀਂ, ਹਜੇ ਚਾਲੂ ਨਹੀਂ, ਹਜੇ ਟੈਸਟਿੰਗ ਸੀਗੀ, ਜਾਣਕਾਰੀ ਕੋਈ ਨਹੀਂ ਦਿੱਤੀ ਇਹਨਾਂ ਨੂੰ। ਮੁਹੱਲੇ ਵਾਲੇ ਵੀ ਇੱਥੇ ਇਕੱਠੇ ਹੋਏ ਪਏ ਨੇ, ਸਾਡੇ ਬਜ਼ੁਰਗ ਵੀਰ ਜੀ, ਬਲਾਸਟ ਹੋ ਗਏ ਘਰ ਦੇ ਵਿੱਚ, ਘਰਾਂ ਦੇ ਅਲੱਗ ਅਲੱਗ ਘਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਟੋਰੈਂਟ ਗੈਸ ਦੇ ਜਿਹੜੇ ਕਨੈਕਸ਼ਨ ਲੱਗ ਰਹੇ ਨੇ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਨੂੰ? ਇਹ ਟੋਰੈਂਟ ਗੈਸ ਦਾ ਜਿਹੜਾ ਸਾਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਗੈਸ ਸਿਲੰਡਰ ਤਾਂ ਸਸਤੀ ਪਏਗੀ, ਤੇ ਸੀਗੇ ਵੀ ਚਲੋ ਗੈਸ ਸਿਲੰਡਰ ਸਸਤੀ ਹੈ, ਫਿਰ ਲਵਾਉਂਦੇ ਸਸਤੀ ਕਰਕੇ ਸਾਰੇ ਲਵਾਉਂਦੇ ਆ, ਤੇ ਇਹ ਜਦੋਂ ਗੈਸ ਲਾ ਹੀ ਰਹੇ ਸੀਗੇ ਮੈਂ ਉਹਨਾਂ ਨੂੰ ਬੜਾ ਉਹਨਾਂ ਨੂੰ ਕਿਹਾ ਵੀ, ਮੈਂ ਕਿਹਾ ਵੀ ਸਾਨੂੰ ਸੇਫਟੀ ਬਾਰੇ ਦੱਸੋ, ਕਹਿੰਦਾ ਵੀ ਇਹ ਸੇਫਟੀ ਹੈ ਜੀ, ਪੂਰੀ ਸੇਫਟੀ ਹੈ, ਗੈਸ ਸਿਲੰਡਰ ਨਾਲੋਂ ਜ਼ਿਆਦਾ ਸੇਫਟੀ ਹੈ, ਤੁਸੀਂ ਇਹ ਲਓ। ਕਿੰਨੀ ਸੇਫਟੀ ਮੰਨਦੇ ਹੋ ਇਸ ਨੂੰ, ਕਿਉਂਕਿ ਬਲਾਸਟ ਹੀ ਹੋ ਗਿਆ, ਇੱਕੋ ਦਮ ਟੈਸਟਿੰਗ ਦੇ ਹੀ ਬਲਾਸਟ ਹੋ ਗਿਆ?
ਤੇ ਹੁਣ ਤਾਂ ਮਤਲਬ ਜਦ ਤੱਕ ਇਹ ਦੇਖ ਕੇ ਸਾਨੂੰ ਸੇਫਟੀ ਕੁਛ ਵੀ ਨਹੀਂ ਲੱਗ ਰਹੀ ਸੀ, ਕਿਉਂਕਿ ਇਹਦਾ ਵੈਸੇ ਇਹਨਾਂ ਦੀ ਗਲਤੀ ਇਹ ਹੈ ਵੀ ਜੇ ਇਹਨਾਂ ਨੇ ਪ੍ਰੈਸ਼ਰ ਜਿਹੜਾ ਏਅਰ ਪ੍ਰੈਸ਼ਰ ਜਿਹੜਾ ਛੱਡਿਆ ਸੀ ਨਾ ਉਹ 6 ਪੁਆਇੰਟ ਛੱਡਤਾ। ਵੈਸੇ ਕਹਿੰਦੇ ਵੀ ਗੈਸ 1 ਪੁਆਇੰਟ ਹੁੰਦੀ ਹੈ, ਹੁਣ ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਹੈ, ਅਸੀਂ ਤਾਂ ਇਹੀ ਹੈ ਵੀ ਉਹਨਾਂ ਨੂੰ ਕਿਹਾ ਵੀ ਇਹ 6 ਪੁਆਇੰਟ ਕਿਉਂ ਛੱਡਿਆ, ਕਹਿੰਦੇ ਚੈੱਕ ਕਰ ਰਹੇ ਸੀ ਵੀ ਕਿਤੇ ਲੀਕੇਜ ਨਾ ਹੋਵੇ। ਭਾਈ ਇਹ ਲੱਗਦਾ ਨਾ ਕਿ ਜਦੋਂ ਆਪਾਂ ਕਿਸੇ ਘਰੇ ਸਿਲੰਡਰ ਵਗੈਰਾ ਲਗਾਉਂਦੇ ਹਾਂ ਤੇ ਉਹ ਸਿਲੰਡਰ ਵਾਲਾ ਦੱਸ ਕੇ ਜਾਂਦਾ ਕਿ ਹਾਂ ਵੀ ਇਹਨੂੰ ਇਸ ਤਰ੍ਹਾਂ ਯੂਜ਼ ਕਰੋ ਤੇ ਇਸ ਤਰ੍ਹਾਂ ਇਹਦਾ ਰੈਗੂਲੇਟਰ ਵਗੈਰਾ ਲਗਾਓ, ਤੇ ਇਸਦੇ ਬਾਰੇ ਅਜੇ ਕੋਈ ਟੈਸਟਿੰਗ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਸਿਰਫ ਟੈਸਟਿੰਗ ਕੀਤੀ ਜਾ ਰਹੀ ਹੈ। ਪਿਛਲੇ 1.5 ਕੁ ਸਾਲ ਤੋਂ ਲਗਾਤਾਰ ਜਿਹੜਾ ਇਸ ਏਰੀਆ ਦੇ ਵਿੱਚ ਕੰਮ ਚੱਲ ਰਿਹਾ ਗੈਸ ਪਾਈਪਲਾਈਨ ਨੂੰ ਲੈ ਕੇ, ਫਿਲਹਾਲ ਹਜੇ ਸਾਨੂੰ ਵੀ ਨਹੀਂ ਪਤਾ ਵੀ ਪ੍ਰੋਪਰ ਜਾਣਕਾਰੀ ਹੈ ਕਿਸ ਤਰੀਕੇ ਨਾਲ ਕੰਮ ਕਰੇਗੀ ਕਿਸ ਤਰੀਕੇ ਨਾਲ ਨਹੀਂ ਕਰੇਗੀ। ਬਿਨਾਂ ਕਿਸੇ ਗਾਈਡਲਾਈਨ ਤੋਂ ਪਾਈਪਲਾਈਨ ਪੈ ਰਹੀਆਂ ਨੇ, ਫਿਰ ਇੰਸਟਾਲੇਸ਼ਨ ਹੋ ਰਹੀ, ਅੰਦਰ ਤੱਕ ਪਾਈਪਾਂ ਜਾ ਰਹੀਆਂ ਨੇ, ਪਰ ਜੇ ਗੱਲ ਕਰੀਏ ਕਿ ਪਰਿਵਾਰ ਦੇ ਕਿਸੇ ਵੀ ਸਦੱਸ ਨੂੰ ਇਹ ਜਾਣਕਾਰੀ ਦਿੱਤੀ ਨਹੀਂ ਜਾ ਰਹੀ ਕਿੰਨੇ ਪਰਸੈਂਟ ਗੈਸ ਆਏਗੀ, ਕਿੰਨੇ ਪ੍ਰੈਸ਼ਰ ਤੇ ਆਏਗੀ, ਕਿਸ ਤਰੀਕੇ ਨਾਲ ਤੁਸੀਂ ਇਹਦਾ ਯੂਜ਼ ਕਰੋਗੇ। ਠੀਕ ਹੈ ਜੀ, ਜੇ ਇਹ ਜਾਣਕਾਰੀ ਨਹੀਂ ਹੈਗੀ ਤਾਂ ਸ਼ਾਇਦ ਹਜੇ ਕੰਪਰੈਸ਼ਰ ਯਾਨੀ ਕਿ ਹਵਾ ਹੀ ਆ ਰਹੀ ਹੈ, ਹਵਾ ਨਾਲ ਜੇ ਇੰਨੇ ਨੁਕਸਾਨ ਹੁੰਦੇ ਪੈਣੇ ਤਾਂ ਜਦੋਂ ਗੈਸ ਆਏਗੀ ਤਾਂ ਕੋਈ ਵੀ ਵੱਡਾ ਹਾਸਾ ਹੋ ਸਕਦਾ, ਕਿਉਂਕਿ ਲਾਈਨ ਪੂਰੀ ਮੁਹੱਲੇ ਦੇ ਵਿੱਚ ਫੈਲੀ ਹੋਈ ਹੈ ਤੇ ਮਾੜੀ ਅੱਗ ਲੱਗਣ ਨਾਲ ਪੂਰਾ ਬਲਾਸਟ ਵੱਡਾ ਪੂਰਾ ਵੱਡਾ ਮੁਹੱਲਾ ਵੀ ਉੜ ਸਕਦਾ। ਮੈਂ 1.5-2 ਸਾਲ ਪਹਿਲਾਂ ਇੱਕ ਗੁਜਰਾਤ ਦੀ ਵੀਡੀਓ ਦੇਖੀ ਸੀਗੀ ਜਿੱਥੇ ਦੇ ਸਾਡੇ PM ਨੇ, ਉੱਥੇ ਇੱਕ ਪਾਈਪਲਾਈਨ ਲੀਕ ਹੋਣ ਕਰਕੇ ਪੂਰੀ ਦੀ ਪੂਰੀ ਗਲੀ ਦੇ ਵਿੱਚ ਅੱਗ ਦੀਆਂ ਲਪਟਾਂ ਨਿਕਲਦੀਆਂ ਪਈਆਂ ਸੀਗੀਆਂ। ਜੇ ਉੱਥੇ ਇਹੋ ਜਿਹਾ ਹਾਸਾ ਹੋ ਸਕਦਾ ਤਾਂ ਕਿਤੇ ਵੀ ਹੋ ਸਕਦਾ। ਤੁਸੀਂ ਇਹਨੂੰ ਚਾਹੁੰਦੇ ਹੋ ਕਿ ਇਹਨੂੰ ਹਟਾਇਆ ਜਾਵੇ ਇੱਥੋਂ ਦੀ? ਦੇਖੋ ਸਰ, ਸਰਵਿਸ ਨੂੰ ਲੈ ਕੇ ਗੱਲ ਕਰੀਏ ਤਾਂ ਹਰ ਬੰਦਾ ਚਾਹੁੰਦਾ ਕਿ ਫੈਸਿਲਿਟੀ ਮਿਲੇ, ਪਰ ਜੇ ਇਹੋ ਜਿਹੇ ਨੁਕਸਾਨ ਹੋ ਸਕਦੇ ਨੇ ਤਾਂ ਹਰ ਇਨਸਾਨ ਚਾਹੇਗਾ ਕਿ ਬਚਾਅ ਜ਼ਰੂਰੀ ਹੈ। ਜਿਵੇਂ ਕਿ ਪਹਿਲਾਂ ਅਸੀਂ ਸਿਲੰਡਰ ਲੈ ਕੇ ਆਉਂਦੇ ਹਾਂ ਤੇ ਸਿਲੰਡਰ ਨੂੰ ਇੰਸਟਾਲ ਕਰ ਲੈਂਦੇ ਹਾਂ ਘਰ 'ਚ ਲਿਆ ਕੇ, ਤਾਂ ਉਹ ਵੀ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ, ਈਜ਼ੀ ਹੈ। ਪਰ ਜਿਵੇਂ ਜਿਵੇਂ ਅੱਜ ਕੱਲ੍ਹ ਆਪਾਂ ਟੈਕਨੋਲੋਜੀ ਦੇ ਹਿਸਾਬ ਨਾਲ ਅੱਗੇ ਵੱਧ ਰਹੇ ਹਾਂ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਤੁਸੀਂ, ਮੈਂ ਤੁਹਾਨੂੰ ਦਿਖਾ ਦੇਣਾ ਕਿ ਘਰਾਂ ਦੇ ਅਲੱਗ ਅਲੱਗ ਘਰਾਂ ਦੇ ਵਿੱਚ ਜਿਹੜੇ ਹੈਗੇ ਪਾਈਪਲਾਈਨ ਲੱਗੇ ਹੋਏ ਨੇ, ਇਸ ਟੋਰੈਂਟ ਗੈਸ ਦੀਆਂ ਜਿਹੜੀ ਹੈਗੇ ਲੈ ਕੇ ਇਹਨੂੰ ਪਾਈਪਲਾਈਨ ਲੱਗੇ ਹੋਏ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਹਰੇਕ ਘਰ ਦੇ ਵਿੱਚ ਜਿਹੜੇ ਹੈਗੇ ਉਹ ਲਾਈਨਸ ਲੱਗੇ ਹੋਏ ਨੇ, ਲੇਡੀਜ਼ ਵੀ ਮੌਜੂਦ ਨੇ, ਕਿਉਂਕਿ ਵਰਤੋਂ ਹੀ ਸਭ ਤੋਂ ਜ਼ਿਆਦਾ ਗੈਸ ਦੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ। ਮੈਮ ਤੁਸੀਂ ਗੁਆਂਢੀ ਹੋ, ਕੀ ਲੱਗ ਰਿਹਾ ਕਿ ਅੱਜ ਬਲਾਸਟ ਹੋ ਗਏ ਨਾਲ, ਕਿਸ ਦਾ ਪਤਾ ਲੱਗੇ ਤੁਹਾਨੂੰ? ਸਾਨੂੰ ਤਾਂ ਆਵਾਜ਼ ਆਈ ਇੱਕਦਮ ਧਮਾਕਾ ਆਇਆ, ਮੈਂ ਤਾਂ ਬਾਹਰ ਆਈ ਭੱਜੀ ਭੱਜੀ, ਸਾਡੇ ਤਾਂ ਸਹੀ ਇੱਕਦਮ ਲਾਈਟ ਵੀ ਕੱਟੀ ਗਈ ਨਾਲ ਹੀ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਫਿਰ ਕਹਿਣ ਲੱਗੇ ਮੈਂ ਬਲਾਸਟ ਹੋ ਗਿਆ, ਗੈਸ ਹੋ ਗਿਆ। ਤੁਹਾਡੇ ਵੱਲੋਂ ਵੀ ਲਗਾਇਆ ਗਿਆ ਗੈਸ ਦਾ ਕਨੈਕਸ਼ਨ? ਹਾਂਜੀ ਲਗਾਇਆ ਗਿਆ। ਤੁਸੀਂ ਕੀ ਚਾਹੁੰਦੇ ਹੋ ਕਿ ਲਗਵਾਉਣਾ ਚਾਹੁੰਦੇ ਜਾਂ ਨਹੀਂ? ਨਾ ਸਾਂ ਇਹ ਨਹੀਂ ਲਵਾਉਣਾ ਚਾਹੁੰਦੇ, ਮੈਂ ਤਾਂ ਬੰਦ ਕਰਵਾਵਾਂਗੇ। ਸਾਰੇ ਮਾਲ ਵਾਲੇ ਡਰੇ ਪਏ, ਸਾਡੇ ਬੱਚੇ ਵੀ ਡਰੇ ਹੋਏ ਨੇ। ਕਿੰਨੇ ਕੁ ਇਹਦੀ ਉਹ ਪੇਮੈਂਟ ਵਗੈਰਾ ਭਰ ਕੇ ਫਿਰ ਜਿਹੜਾ ਕਨੈਕਸ਼ਨ ਲਿੱਤਾ ਜਾਂਦਾ? ਮੈਂ ਪੂਰੀ ਭਰੀ, ਮੈਂ 7,000 ਰੁਪਇਆ ਭਰਿਆ। ਮੈਮ ਤੁਹਾਡੇ ਘਰੇ ਹੋਇਆ ਬਲਾਸਟ ਹੋਇਆ ਤੇ ਡਰ ਦਾ ਮਹਿਸੂਸ ਹੈ? ਮੈਂ ਤਾਂ ਉਸ ਤੋਂ ਨਾ ਡਰੀ ਹੋਈ ਹਾਂ ਜੀ, ਬਹੁਤ ਜ਼ਿਆਦਾ। ਮੈਂ ਤਾਂ ਉਹਨਾਂ ਘਰ ਪੱਟ ਕੇ ਲੈ ਜਾਓ ਸੀ ਹੁਣੀ ਇਹਨਾਂ ਨੂੰ, ਮੈਂ ਉਸ ਤੋਂ ਵੀ ਕਹਿਤਾ ਸੀ ਇਹਨਾਂ ਨੂੰ ਵੀ ਮੈਂ ਨਹੀਂ ਲਵਾਉਣਾ ਆਏਗਾ। ਤੁਸੀਂ ਦੇਖਿਆ ਟੈਸਟਿੰਗ ਹੋ ਰਹੀ ਹੈ, ਤਸਵੀਰ ਮੈਂ ਤੁਹਾਨੂੰ ਉਹ ਵੀ ਦਿਖਾ ਦੇਣਾ, ਟੈਸਟਿੰਗ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ, ਜਿਹੜੀ ਗੈਸ ਦੀ ਜਿਹੜੀ ਹੈਗੀ ਉਹ ਟੈਸਟਿੰਗ ਕੀਤੀ ਜਾ ਰਹੀ ਹੈ, ਟੋਰੈਂਟ ਗੈਸ ਹੈ ਜਿਹੜੀ ਹੈਗੀ ਇਸ ਮਹੱਲੇ ਦੇ ਵਿੱਚ ਲਗਾ ਕੇ ਟੈਸਟਿੰਗ ਕੀਤੀ ਜਾ ਰਹੀ ਹੈਗੀ। ਲੋਕਾਂ ਦਾ ਕਹਿਣਾ ਕਿ ਅਸੀਂ ਇਹਨੂੰ ਪਟਾਉਣਾ ਚਾਹੁੰਦੇ ਹਾਂ, ਅਸੀਂ ਲਗਾਉਣਾ ਨਹੀਂ ਚਾਹੁੰਦੇ ਹੈਗੇ। ਤਸਵੀਰਾਂ ਤੁਸੀਂ ਦੇ ਰਹੇ ਹੋ, ਟੈਸਟਿੰਗ ਜਿਹੜੀ ਹੈਗੀ ਉਹ ਇੱਥੇ ਇੱਕ ਜਨਰੇਟਰ ਲਗਾ ਕੇ ਲੱਗੇ ਹੋਏ ਆ, ਉਹ ਨਜ਼ਰ ਆ ਰਿਹਾ, ਤਸਵੀਰ ਤੁਹਾਡੇ ਸਾਹਮਣੇ ਆ, ਤੇ ਲੋਕ ਮਹੱਲੇ ਦੇ ਜਿਹੜੇ ਹੈਗੇ ਨੇ ਉਹ ਡਰੇ ਹੋਏ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਡਰ ਦਾ ਮਾਹੌਲ ਜਿਹੜਾ ਹੈਗਾ ਇੱਥੇ ਇਸ ਮਹੱਲੇ ਦੇ ਵਿੱਚ ਬਣਿਆ ਹੋਇਆ ਹੈ। ਕਿ ਉਹਨਾਂ ਦਾ ਕਹਿਣਾ ਕਿ ਅਸੀਂ ਇਸ ਟੈਸਟਿੰਗ ਨੂੰ ਹਟਾਉਣਾ ਚਾਹੁੰਦੇ ਤੇ ਕੋਈ ਵੀ ਆਪਣਾ ਘਰ ਦੇ ਵਿੱਚ ਇਸ ਪਾਈਪਲਾਈਨ ਨੂੰ ਨਹੀਂ ਲਗਵਾਉਣਾ ਚਾਹੁੰਦਾ, ਕਿ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।